ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਅਤੇ ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਅੱਜ ਦਾ ਪ੍ਰੋਗਰਾਮ ਲੈ ਕੇ। ਜਿਵੇਂ ਤੁਹਾਨੂੰ ਪਤਾ, ਅਸੀਂ ਰੋਜ਼ ਇੱਕ ਟੋਪਿਕ ਨਵਾਂ ਲੈ ਕੇ ਆਉਂਦੇ ਹਾਂ ਸਟੂਡੈਂਟ ਵੀਜ਼ਾ ਸੰਬੰਧੀ, ਜੋ ਕਿ ਤੁਹਾਡੇ ਲਈ ਲਾਹੇਵੰਦ ਹੁੰਦਾ। ਅੱਜ ਵੀ ਉਸੇ ਕੋਸ਼ਿਸ਼ ਦੇ ਤਹਿਤ ਇੱਕ ਟੋਪਿਕ ਲੈ ਕੇ ਹਾਜ਼ਰ ਹੋਏ ਹਾਂ, ਜਿਹਦੇ ਵਿੱਚ ਨਵੀਂ ਇੱਕ ਕੰਟਰੀ ਡਿਸਕਸ ਕਰਨ ਜਾ ਰਹੇ ਹਾਂ, ਜਿਹਨੂੰ ਬਹੁਤ ਘੱਟ ਇਸ ਮੰਚ ਤੋਂ ਅਸੀਂ ਡਿਸਕਸ ਕੀਤਾ, ਉਹ ਹੈ ਸਾਊਥ ਕੋਰੀਆ। ਇਹਨੂੰ ਅੱਜ ਪ੍ਰਮੋਟ ਕਰ ਰਹੇ ਨੇ ਜਿਹੜੀ ਕੰਪਨੀ, ਉਹਦੇ ਓਨਰ ਮੇਰੇ ਨਾਲ ਮੌਜੂਦ ਨੇ, ਕਿਉਂਕਿ ਇੱਕ ਨਵੀਂ ਕੰਟਰੀ ਹੈ, ਉਹਦੇ ਬਾਰੇ ਜਾਣਨ ਦੀ ਇੱਛਾ ਸਾਡੇ ਵਿਊਅਰਸ ਦੀ ਵੀ ਕਾਫੀ ਹੈ। ਸੋ ਸਾਰੀ ਅਸੀਂ ਜਿਹੜੀ ਹੈ ਇਨਫੋਰਮੇਸ਼ਨ ਉਹਨਾਂ ਤੋਂ ਲਵਾਂਗੇ। ਮੇਰੇ ਨਾਲ ਮੌਜੂਦ ਨੇ ਵੈਸਟਰਨ ਓਵਰਸੀਜ਼ ਤੋਂ ਪ੍ਰਦੀਪ ਜੀ। ਪ੍ਰਦੀਪ ਭਾਅ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਐਂਡ ਸਭ ਤੋਂ ਪਹਿਲੇ ਗੁਰੂ ਪ੍ਰੋ ਕੀ ਆਪ ਸਭੀ ਕੋ ਲੱਖ ਲੱਖ ਵਧਾਈਆਂ, ਔਰ ਮੈਂ ਇਹੀ ਵਿਸ਼ ਕਰੂੰਗਾ ਕਿ ਇਹ ਤਿਉਹਾਰ ਆਪਕੇ ਲਈ ਜ਼ਿੰਦਗੀ ਮੈਂ ਬਹੁਤ ਸਾਰੀ ਖੁਸ਼ੀਆਂ ਲੈ ਕੇ ਆਏ। ਜੀ ਬਿਲਕੁਲ, ਗੁਰਪੁਰਬ ਦੀਆਂ ਸਾਡੀ ਟੀਮ ਵੱਲੋਂ, ਦੇਸ਼ ਪ੍ਰਦੇਸ਼ ਵੱਲੋਂ, ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕਾਂ। ਸੋ ਸ਼ੁਰੂਆਤ ਕਰਦੇ ਹਾਂ ਜੀ। ਸਾਊਥ ਕੋਰੀਆ ਇੱਕ ਪੰਜਾਬ ਲਈ, ਨੌਰਥ ਲਈ ਇੱਕ ਨਵੀਂ ਕੰਟਰੀ ਵਜੋਂ ਉੱਭਰ ਕੇ ਸਾਹਮਣੇ ਆਇਆ ਐਜ਼ ਅ ਸਟੂਡੈਂਟ ਵੀਜ਼ਾ, ਕੀ ਖਾਸ ਰੀਜ਼ਨ ਦੇਖੇ ਇਹਦੇ ਵਿੱਚ? ਦੇਖੀ ਸਰ, ਸਾਊਥ ਕੋਰੀਆ ਮੈਂ ਅਗਰ ਆਪ ਇੱਕ ਅੱਛੀ ਐਜੂਕੇਸ਼ਨ ਕੇ ਲਈ ਬੱਚਾ ਭੇਜੋਗੇ, ਅੱਛੀ ਯੂਨੀਵਰਸਿਟੀ ਮੈਂ ਭੇਜੋਗੇ, ਤਾਂ ਡੈਫੀਨੇਟਲੀ ਬਹੁਤ ਅੱਛਾ ਬ੍ਰਾਈਟ ਫਿਊਚਰ ਹੈ। ਵੂਸੋਂਗ ਯੂਨੀਵਰਸਿਟੀ ਕੇ ਸੈਮੀਨਾਰ ਚੱਲ ਰਹੇ ਹੈ ਅੱਜ, ਜੈਸੇ ਥਰਸਡੇ ਹੈ, ਤੋ ਅੱਜ ਹਮਾਰੇ ਦੋ ਸੈਮੀਨਾਰ ਨਿਕਲ ਚੁੱਕੇ ਹੈ, ਚੰਡੀਗੜ੍ਹ ਔਰ ਅੰਬਾਲਾ ਮੈਂ, ਔਰ ਕੱਲ੍ਹ ਕਾ ਡੇ ਹੈ ਜੋ ਕਿ ਫਰਾਈਡੇ ਕਾ ਦਿਨ ਹੈ, ਔਰ ਹਮ ਸੁਬਹ 10 ਵਜੇ ਕੁਰੂਕਸ਼ੇਤਰ ਆਫਿਸ ਮੈਂ ਹੋਂਗੇ ਜੋ ਕਿ ਸੈਕਟਰ 17 ਮੈਂ ਹੈ, ਔਰ 1 ਵਜੇ ਕਰਨਾਲ ਆਫਿਸ ਮੈਂ ਹੋਂਗੇ ਜੋ ਕਿ ਮੁਗਲ ਕਨਾਲ ਮੈਂ ਹੈ, ਔਰ 29 ਤਾਰੀਖ ਕੋ ਹਮ 10 ਵਜੇ ਜਲੰਧਰ ਆਫਿਸ ਮੈਂ ਹੈ, ਔਰ 2 ਵਜੇ ਹਮ ਅੰਮ੍ਰਿਤਸਰ ਆਫਿਸ ਮੈਂ ਹੈ। ਵਾਹ ਸਾਊਥ ਕੋਰੀਆ, ਸਾਊਥ ਕੋਰੀਆ ਮੈਂ ਬੱਚਾ ਡੂਰਿੰਗ ਸਟੱਡੀ ਬਹੁਤ ਅੱਛਾ ਅਰਨ ਕਰਤਾ ਹੈ, ਇੱਕ ਦੋ ਸਾਲ ਕਾ ਗੈਪ ਹੈ ਵੋ ਵੀ ਚਲ ਜਾਤਾ ਹੈ, ਵਿਦਆਊਟ ਆਇਲਸ ਵੀ ਹੈ, ਬਟ ਵਿਦਆਊਟ ਇੰਗਲਿਸ਼ ਨਹੀਂ ਹੈ, ਇੰਗਲਿਸ਼ ਅੱਛੀ ਹੈ ਤਾਂ ਹਮ ਵਿਦਆਊਟ ਆਇਲਸ ਵੀ ਅਕਸੈਪਟ ਕਰ ਸਕਦੇ ਹਾਂ, ਅਦਰਵਾਈਜ਼ ਵੀ ਆਰ ਅਸੈਪਟਿੰਗ ਦਾ ਸਟੂਡੈਂਟ ਵਿਦ 5.5। ਇੱਕ ਨਾ ਅਸੀਂ ਹੁਣ ਲਾਸਟ ਜਦੋਂ ਯੂਰਪ ਦਾ ਟੂਰ ਕੀਤਾ, ਇੱਕ ਉਹਦੇ 'ਚ ਪ੍ਰੋਬਲਮ ਦੇਖੀ ਸੀ ਵੀ ਜਿਹੜੇ ਇਹ ਕੰਟਰੀਜ਼ ਨੇ, ਇਹਨਾਂ ਦੀ ਆਪਣੀ ਲੋਕਲ ਲੈਂਗੁਏਜ ਹੈ ਜਿਹਨਾਂ ਨੂੰ ਇਹ ਤਵੱਜੋ ਦਿੰਦੇ ਆ, ਉਹ ਇੰਗਲਿਸ਼ ਵੀ ਕਈ ਵਾਰੀ ਹੁੰਦਾ ਵੀ ਕਮਿਊਨੀਕੇਟ ਨਹੀਂ ਕਰ ਪਾਉਂਦੇ। ਮੈਂ ਬਤਾਊਂਗਾ ਇਸ ਬਾਰੇ ਮੈਂ, ਜਿਤਨੇ ਵੀ ਆਪ ਯੂਰੋਪ ਔਰ ਸਾਊਥ ਕੋਰੀਆ ਜੋ ਵੀ ਐਸੇ ਕੰਟਰੀ ਮੈਂ ਜਾਤੇ ਹੋ, ਤੋ ਬੱਚਾ ਡੂਰਿੰਗ ਸਟੱਡੀ ਉਹ ਲੋਕਲ ਲੈਂਗੁਏਜ ਵੀ ਸਿੱਖਦਾ ਹੈ, ਮਤਲਬ ਇਹ ਉਸਕੇ ਕਰੂਕੁਲਮ ਮੈਂ ਹੋਤਾ ਹੈ। ਜੈਸੇ ਹਮ ਜਰਮਨੀ ਬੱਚਾ ਭੇਜਤੇ ਹੈ ਤੋ ਜਰਮਨ ਲੈਂਗੁਏਜ ਸਾਥ ਪੜ੍ਹਾਈ ਜਾਤੀ ਹੈ, ਫਰਾਂਸ ਮੈਂ ਆਪਕਾ ਵਹਾਂ ਕੀ ਲੈਂਗੁਏਜ ਪੜ੍ਹਾਈ ਜਾਤੀ ਹੈ, ਇਸੀ ਤਰ੍ਹਾਂ ਸੇ ਆਪ ਅਗਰ ਸਾਊਥ ਕੋਰੀਆ ਮੈਂ ਬੱਚੇ ਕੋ ਭੇਜਦੇ ਹੋ ਤੋ ਵਹਾਂ ਕੀ ਜੋ ਕੋਰੀਅਨ ਲੈਂਗੁਏਜ ਹੈ ਵੋ ਸਾਥ ਮੈਂ ਪੜ੍ਹਾਈ ਜਾਤੀ ਹੈ ਬੱਚੇ, ਤਾਂ ਕਿ ਉਸ ਮਤਲਬ ਜੋ ਲੋਕਲ ਮਾਹੌਲ ਹੈ ਉਸੇ ਵਾਰਮ ਅਪ ਹੋ ਸਕੇ, ਉਸੇ ਅਪ ਟੂ ਡੇਟ ਹੋ ਸਕੇ, ਔਰ ਆਪਣਾ ਜੋਬ ਢੂੰਡ ਸਕੇ, ਜੋਬ ਮਿਲ ਸਕੇ। 5.5 ਬੈਂਡ ਪੇ ਹਮ ਬੱਚੋਂ ਕੋ ਅਸੈਪਟ ਕਰ ਰਹੇ ਹੈ, ਜਾਂ ਵਿਦਆਊਟ ਇੰਗਲਿਸ਼ ਜਿਸਕੀ ਇੰਗਲਿਸ਼ ਬਹੁਤ ਅੱਛੀ ਹੈ। ਫਾਇਦਾ ਕਿਆ ਹੈ, ਸਟੱਡੀ ਕੰਪਲੀਟ ਕਰਨੇ ਕੇ ਬਾਅਦ ਅਗਰ ਬੱਚੇ ਨੇ ਬੈਚਲਰ ਕੀ, ਤੋ 1 ਸਾਲ ਕਾ ਪੋਸਟ ਸਟੱਡੀ ਵਰਕ ਵੀਜ਼ਾ ਹੈ, ਪਹਿਲੇ 6 ਮਹੀਨੇ ਕਾ ਮਿਲੇਗਾ, ਫਿਰ 6 ਮਹੀਨੇ ਕਾ ਮਿਲੇਗਾ। ਜਿਸ ਬੱਚੇ ਨੇ ਮਾਸਟਰਸ ਕੀ, ਉਸਕੋ ਅਪ ਟੂ 2 ਈਅਰ ਕਾ, 6 ਮਹੀਨੇ 6 ਮਹੀਨੇ 6 ਮਹੀਨੇ ਅਗਲੇ 6 ਮਹੀਨੇ, ਇਸ ਤਰੀਕੇ ਸੇ 2 ਸਾਲ ਕਾ ਉਸਕੋ ਵਰਕ ਪਰਮਿਟ ਮਿਲੇਗਾ। ਯਹਾਂ ਕੀ ਇਮੀਗ੍ਰੇਸ਼ਨ ਨੇ, ਯਹਾਂ ਕੀ ਗੌਰਮੈਂਟ ਨੇ ਸਟਾਰਟਅਪ ਕੰਪਨੀ ਕੇ ਨਾਮ ਸੇ ਨਯਾ ਪ੍ਰੋਗਰਾਮ ਲਾਂਚ ਕੀਆ ਹੈ, ਮੀਨ ਜਿਤਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈ, ਸਟੱਡੀ ਕੰਪਲੀਟ ਕਰਕੇ ਅਗਰ ਉਹ ਆਪਣਾ ਬਿਜ਼ਨਸ ਓਪਨ ਕਰਨਾ ਚਾਹਤੇ ਹੈ, ਤੋ ਆਪਣਾ ਬਿਜ਼ਨਸ ਓਪਨ ਕਰ ਸਕਦੇ ਹੈ। ਜਿਸ ਬੱਚੇ ਨੇ ਆਪਣਾ ਬਿਜ਼ਨਸ ਓਪਨ ਕੀਆ, ਉਸਕੋ ਪਰਮਾਨੈਂਟ ਰੈਜੀਡੈਂਸੀ ਮਿਲੇਗੀ ਅਲੱਗ ਸੇ, ਠੀਕ ਹੈ, ਤੋ ਸਟਾਰਟਅਪ ਕੰਪਨੀ ਕੇ ਨਾਮ ਸੇ। ਈਵਨ ਕਿ ਵਹਾਂ ਕੀ ਗੌਰਮੈਂਟ ਬੋਲਤੀ ਹੈ, ਪ੍ਰਪੋਜ਼ਲ ਦੀਜੀਏ, ਅਗਰ ਆਪਕੇ ਬਿਜ਼ਨਸ ਕਾ ਪ੍ਰਪੋਜ਼ਲ ਹਮੇ ਬਹੁਤ ਅੱਛਾ ਲਗਾ, ਤੋ ਫਾਈਨੈਂਸ਼ੀਅਲ ਹੈਲਪ ਹਮ ਵੀ ਕਰੇਂਗੇ। ਦੈਟ ਇਜ਼ ਦਾ ਬੈਨੀਫਿਟ ਕਿ ਸਾਊਥ ਕੋਰੀਆ ਮੈਂ ਬੱਚਾ ਜਾ ਕੇ ਬਹੁਤ ਅੱਛਾ ਅਰਨ ਵੀ ਕਰ ਰਿਹਾ ਹੈ, ਅੱਛੀ ਐਜੂਕੇਸ਼ਨ ਵੀ ਲੈ ਰਿਹਾ ਹੈ, ਔਰ ਪਰਮਾਨੈਂਟ ਰੈਜੀਡੈਂਸ PR ਵੀ ਲੈ ਸਕਦਾ ਹੈ। ਤੋ ਅਗੇਨ ਯਾਦ ਰੱਖਣਾ, ਕੱਲ ਫਰਾਈਡੇ ਕਾ ਦਿਨ ਹੈ, 23 ਤਾਰੀਖ, ਸੁਬਹ 10 ਵਜੇ ਅੰਬਾਲਾ ਸਿਟੀ, 1 ਵਜੇ ਮੁਗਲ ਕਨਾਲ ਕਰਨਾਲ ਮੈਂ ਵੈਸਟਰਨ ਓਵਰਸੀਜ਼ ਕੇ ਆਫਿਸ ਮੈਂ ਹੋਂਗੇ, ਔਰ 29 ਤਾਰੀਖ ਕੋ ਹਮ 10 ਵਜੇ ਸੁਬਹ 10 ਵਜੇ ਜਲੰਧਰ ਆਫਿਸ ਜੋ ਕਿ ਗੜਾ ਰੋਡ AGI ਬਿਜ਼ਨਸ ਸੈਂਟਰ ਮੈਂ ਹੈ, ਔਰ 2 ਵਜੇ ਅੰਮ੍ਰਿਤਸਰ ਮੈਂ ਰਣਜੀਤ ਮੈਨੂ ਬੀ ਬਲੋਕ ਮੈਂ ਹੈ, ਅਨੇਜਾ ਟਾਵਰ ਮੈਂ, ਤੋ ਆਪ ਵਹਾਂ ਵੀ ਆ ਕੇ ਵੂਸੋਂਗ ਯੂਨੀਵਰਸਿਟੀ ਸੇ ਮਿਲ ਸਕਦੇ ਹੈ। ਸਰ, ਜਦੋਂ ਲਾਸਟ ਤੁਹਾਡਾ ਇੱਕ ਟੂਰ ਰਿਹਾ ਯੂਰਪ ਦਾ, ਫਿਨਲੈਂਡ ਦਾ ਖਾਸ ਕਰਕੇ, ਉੱਥੇ ਇਸ ਯੂਨੀਵਰਸਿਟੀ ਨਾਲ ਮੁਲਾਕਾਤ ਹੋਈ ਸੀ? ਨਹੀਂ ਸਰ, ਵਹਾਂ ਇਸੇ ਮੁਲਾਕਾਤ ਨਹੀਂ ਹੋਈ ਥੀ, ਇਹ ਪਿਛਲੇ ਸਾਲ ਵੀ ਮੇਰੇ ਪਾਸ ਆਏ ਥੇ, ਔਰ ਇਸ ਸਾਲ ਵੀ ਇਹ ਪਿਛਲੇ ਸਾਲ ਵੀ ਬੱਚੇ ਗਏ? ਯਾ ਡੈਫੀਨੇਟਲੀ ਸਟੂਡੈਂਟਸ ਆ ਰਹੇ ਹੈ। ਕੀ ਫੀਡਬੈਕ ਸੀ ਉਹਨਾਂ ਦੀ? ਫੀਡਬੈਕ ਸਰ, ਬੱਚਾ ਬਹੁਤ ਅੱਛਾ ਅਰਨ ਕਰ ਰਿਹਾ ਹੈ। ਬੱਚੇ ਕੀ ਇੰਟੈਂਸ਼ਨ ਪੜ੍ਹਨੇ ਕੀ ਹੈ, ਕਿਸ ਤਰ੍ਹਾਂ ਲੈਂਦੇ ਹੋ, ਪੜ੍ਹਨੇ ਕੀ ਇੰਟੈਂਸ਼ਨ ਹੈ, ਤੋ ਇਸਸੇ ਅੱਛਾ ਆਪਸ਼ਨਸ ਨਹੀਂ ਹੋ ਸਕਤਾ। ਜੋ ਸਟਾਰਟਅਪ ਕੰਪਨੀ ਵਾਲੀ ਬਾਤ ਆਈ ਹੈ ਕਿ ਬਈ ਆਪ ਆਪਣਾ ਬਿਜ਼ਨਸ ਓਪਨ ਕਰ ਸਕਤੇ ਹੈ, ਤੋ ਮਤਲਬ ਆਪਣੇ ਇੰਡੀਅਨਸ ਤੋਂ ਰੀਅਲੀ ਬਹੁਤ ਧਮਾਲ ਮਚਾਏਗੇ ਇਸ ਬਾਤ ਕੋ ਲੈ ਕੇ। ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ, ਜਦੋਂ ਲਾਸਟ ਵੀ ਤੁਸੀਂ ਇਸ ਨੂੰ ਪ੍ਰਮੋਟ ਕੀਤਾ, ਬੱਚੇ ਭੇਜੇ, ਉਹਨਾਂ ਦੀ ਫੀਡਬੈਕ ਕਿਸ ਕੋਰਸ ਦੇ ਵਿੱਚ ਭੇਜੇ ਸੀਗੇ, ਕਿਵੇਂ ਆਈ, ਅਤੇ ਹੁਣ ਉਹ ਕੀ ਅੱਗੋਂ ਦੀ ਤੁਹਾਨੂੰ ਦੱਸ ਰਹੇ ਨੇ, ਕੀ ਉੱਥੋਂ ਦਾ ਪ੍ਰੋਪਰ ਸਿਨੈਰੀਓ ਹੈ? ਦੇਖੀਏ ਜੀ, ਵਹਾਂ ਪੇ ਬਿਜ਼ਨਸ ਹੈ, ਹੋਟਲ ਮੈਨੇਜਮੈਂਟ ਕੇ ਕੋਰਸਿਸ ਹੈ,
आपका कलोनरी आर्ट्स के हैं, इसके अलावा रेल रोड कंस्ट्रक्शन हैं, इसके अलावा इंटरनेशनल बिजनेस है, यहाँ पे इवन के बैचलर्स भी है, मास्टर्स भी है और पीएचडी भी है। जो बैचलर है वो 3.5 साल की है, जो मास्टर्स है 1.5 साल की है, और जो पीएचडी है वो 2.5 से 3 साल की है। फीडबैक बहुत अच्छा है जो स्टूडेंट वहाँ गया है। इवन के एक स्टूडेंट मैंने भेजा, उसने अपनी सिस्टर को भी बुलाया है वहाँ पे, उसकी सिस्टर भी गई है वहाँ पे। इसके मतलब एक अपनी सिस्टर को भी बुला रहा है, इट मीन कि मतलब कंट्री सेफ है और रियली स्टूडेंट अच्छा अर्न कर रहा है। काफ़ी स्टूडेंट्स आ रहे हैं, मैं ये नहीं कहता कि मतलब लाखों बच्चे पहुंच रहे हैं, ठीक है, जो बच्चा अवेयर हो रहा है वो पहुंच रहा है वहाँ पे। की प्रोफाइल उधर लिए डिमांड रहती है? वी रिक्वायर 12th पास, 50% मार्क्स होने चाहिए, 5.5 बैंड, या आपकी इंग्लिश बहुत अच्छी होनी चाहिए, और इसके अलावा आप बैचलर्स हैं मास्टर्स के लिए जाएंगे। अगर आप मास्टर्स हैं तो दो चीज़ें हुई हैं प्रदीप, इसके लिए पासपोर्ट है, फंड दिखाने। नहीं नहीं, तुम इतने क्या 5.5 बैंड या इंग्लिश बहुत अच्छी हो जी, इतना थोड़ा जब मैं चाहूंगा क्लियर कर दे सर। कम्युनिकेशन स्किल्स अच्छे हो, क्योंकि जो यूरोप है प्लस साउथ, फिर आईएलटीएस की लोड नहीं पड़ेगी? नहीं, फिर विदाउट आईएलटीएस, क्योंकि यूनिवर्सिटी पहले खुद टेस्ट लेगी, टेस्ट क्लियर हो, क्योंकि उनको वीजा सक्सेस रेट अपना 100% रखना है। तो पहले यूनिवर्सिटी इंटरव्यू लेगी, यूनिवर्सिटी इंटरव्यू इस चीज़ का लेगी कि बच्चा कैपेबल है या नहीं है, उसी बेस पे बच्चे को 30% से लेके 100% तक स्कॉलरशिप मिलेगी, बच्चे की मेरिट बेस पे, उसके एकेडमिक, उसका पास, उसके आईएलटीएस और उसका इंटरव्यू, इस बेस पे वो डिसाइड करेंगे, इसको 30% देंगे, 70% देंगे, 100% देंगे। अच्छा, दूसरा, इंटरव्यू यूनिवर्सिटी ने ले लिया, उसके बाद यूनिवर्सिटी को पता है कि भाई ये बच्चा एम्बेसी जाएगा, बच्चे का इंटरव्यू होगा तो बच्चा पास हो जाएगा। तो इसीलिए एक पर्पस है यूनिवर्सिटी का इंटरव्यू लेने का, कि ताकि बच्चा एम्बेसी जाए और बच्चा वीज़ा लेके आए। सो वूसोंग यूनिवर्सिटी है जी साउथ कोरिया की, जिसके बारे गल कर रहे हैं। प्रोफाइल प्लस टू चाहिए, मिनिमम 50% मार्क्स भी चलन के, 2 साल का गैप तुसी क्या एक्सेप्टेड होएगा? चल सकता है, चल सकता है। सो उदे विच बड़ी एक वधिया चीज़ है, जे थोड़े कम्युनिकेशन स्किल्स वधिया ने, तुसी विदाउट आईएलटीएस भी जा सकते हो। हुण गल करते हैं जिहड़ा मेन सवाल रहिंदा, खर्चा, फंड्स, वो की है? देखिए, फंड्स जो दिखाने हैं यहाँ पे 18 से 20 हज़ार डॉलर, मतलब 12 से 14 लाख, 15 लाख के आसपास दिखाने हैं। अगर एक महीने पुराना पैसा है तब भी चलेगा, करंट पैसा है तब भी चलेगा, लेकिन बैंक स्टेटमेंट पुरानी होनी चाहिए। एम्बेसी ये देखना चाहती है कि करंट मतलब जो अकाउंट है वो कंटिन्यूसली चल रहा है और बच्चे के पास पैसे अवेलेबल हैं। बच्चे के फादर मदर दिखा सकते हैं, स्टूडेंट खुद दिखा सकता है। अगर मैं खर्चे की बात करूँ, तकरीबन 7,000 से 9,000 यूएस डॉलर फीस है। अब कितनी स्कॉलरशिप मिलती है, 30% तो मैं हर एक बच्चे को दिलाऊंगा ही दिलाऊंगा। अब वो 30 से 40 भी हो सकती है, 50 भी हो सकती है, 70 भी हो सकती है, 100% भी स्कॉलरशिप हो सकती है। अगर कोई 50-60-70% वाला बच्चा होंदा, 6 बैंड वाला होंदा, वो कहिंदा भी मैं जाना चाहना, की स्कॉलरशिप की पॉसिबिलिटी रहेगी उस? पक्का मिलेगी जी, 30% तो मिनिमम बताई, 50% भी हो सकती है, 70 भी हो सकती है, और एक्स्ट्रा ऑर्डिनरी इंटरव्यू बेस्ड है एक तरह से है, तो वो कहेंगे जी आप आ जाओ, हम आपको फ्री भी पढ़ा सकते हैं। मतलब ये जिहड़ा 7,000 to 9,000 डॉलर है, इहदे विच 100% भी हो सकती है, 30% भी रह सकती है, 30% भी हो सकती है। जिहड़े हुण बच्चे तुहाडे कोल सेमिनार दे विच अज भी आए सीगे, चाहे अंबाला चाहे चंडीगढ़, किस तरह दी प्रोफाइल दे बच्चे सी? देखिए, प्लस टू पास भी थे, ग्रेजुएट भी थे। प्लस टू पास थे, कोई कई बच्चे ऐसे थे जिनके 2-3 साल के गैप थे, कुछ बच्चे ऐसे भी थे जो कैनेडा रिजेक्ट होकर बैठे हैं या ऑस्ट्रेलिया होकर रिजेक्ट बैठे हैं, कुछ बच्चे फ्रेश भी थे कि जो मतलब उनको लगता था कि हमारी प्रोफाइल कनाडा या ऑस्ट्रेलिया के लिए नहीं है, तो और हम साउथ कोरिया जाएं तो इट विल बी मोर बेटर। तो हर तरह की, और इवन के 7 बैंड का बच्चा भी था जो रिसेंट पास आउट है, ऐसे भी कई स्टूडेंट्स थे। तो तकरीबन 70-80 स्टूडेंट्स ने पार्टिसिपेट किया है, और उसमें से काफ़ी स्टूडेंट्स को हमने सेलेक्ट किया है साउथ कोरिया के लिए। मुश्किल नहीं आती, क्योंकि एक ट्रेंड है साढ़े पंजाब का, खासकर हरियाणा का भी कर लिए, भी जब तक बहुत ज़्यादा एजेंट एक कंट्री नू बोलना नहीं शुरू होंदे, बाकियां नू विश्वास ही नहीं आता भी ये कंट्री वधिया डेस्टिनेशन हैगा कि नहीं। इस चीज़ ये सच्चाई है, ट्रेंड तो हमेशा चलता है कि भाई जिधर बच्चा जा रहा है तो उधर ही चलता है, और बच्चे के दिमाग में वही चीज़ आती है। मुश्किल कुछ नहीं है, स्टूडेंट्स निकलते हैं, बच्चों ने रिसर्च किए होते हैं, ऐसे बच्चे हमारे पास ज़रूर आते हैं, और साउथ कोरिया आज से नहीं, काफ़ी दिन से बच्चे जा रहे हैं, लेकिन हाँ मात्रा कम होती है, क्वांटिटी कम होती है, कम बच्चा जाता है, बट जो बच्चा जाता है अगर पढ़ता है तो डेफिनेटली वो सेटल भी होता है। ड्यूरिंग स्टडी सेम हो जी, 20 घंटे काम कर सकता है, 20 आवर्स काम कर सकता है साल में, महीने में साल में तकरीबन 3 से 4 महीने की फुल टाइम छुट्टियां आती हैं, वैकेशन आते हैं, उसमें 160 आवर्स पर मंथ काम कर सकता है, और स्टडी कंप्लीट करने के बाद जैसे मैंने बताया बैचलर्स के बाद 1 ईयर का और मास्टर्स के बाद 2 ईयर का पोस्ट स्टडी वर्क भी चाहे वो मिलेगा ही मिलेगा। सो कोई भी मन सवाल है जी साउथ कोरियन लैके, तुम इन्हों के सैमीनार विजिट कर सकते हैं, आने वाले सैमीनार कल नूं
10 ਵਜੇ ਕੁਰਸ਼ੇਤਰ ਵਿਖੇ ਹੋਏਗਾ, ਉਸ ਤੋਂ ਬਾਅਦ 1 ਵਜੇ ਤੋਂ ਲੈ ਕੇ ਫਿਰ 4-5 ਵਜੇ ਤੱਕ ਕਰਨਾਲ ਵਿਖੇ ਜਿਹੜੇ ਸੈਮੀਨਾਰ ਹੋਣਗੇ ਵੂ ਸੌਂਗ ਯੂਨੀਵਰਸਿਟੀ ਸਾਊਥ ਕੋਰੀਆ ਦੇ, ਜਿਹਦੇ ਖੁਦ ਰਿਪ੍ਰਜੈਂਟੇਟਿਵ ਨੂੰ ਤੁਸੀਂ ਮਿਲ ਸਕਦੇ ਹੋ। ਉਹ ਜਿਹੜਾ ਇਹ ਰਿਪ੍ਰਜੈਂਟੇਟਿਵ ਨੂੰ ਮਿਲਣਾ ਜਾਂ ਤੁਹਾਡੇ ਟੀਮ ਨੂੰ ਮਿਲਣਾ, ਕੀ ਫਰਕ ਰਹੇਗਾ, ਕੀ ਬੈਨੀਫਿਟ ਰਹੇਗਾ ਬੱਚਿਆਂ ਨੂੰ? ਸਰ ਦੇਖੋ, ਇੱਕ ਤੋਂ ਹਮ ਕਾਉਂਸਲਿੰਗ ਦੇ ਰਹੇ ਹਾਂ, ਇੱਕ ਯੂਨੀਵਰਸਿਟੀ ਖੁਦ ਆ ਕੇ ਕਾਉਂਸਲਿੰਗ ਦੇ ਰਹੀ ਹੈ, ਤਾਂ ਰੀਅਲੀ ਬੱਚੇ ਕੋ ਮਤਲਬ ਬਤਾ ਤੋ ਹਮ ਵੀ ਰਹੇ ਹੈ, ਲੇਕਿਨ ਅਗਰ ਫੇਸ ਟੂ ਫੇਸ ਉਹ ਯੂਨੀਵਰਸਿਟੀ ਕੇ ਡੈਲੀਗੇਟ ਸੇ ਮਿਲਤਾ ਹੈ ਤੋ ਹਮੇਸ਼ਾ ਇਸਕਾ ਫਾਇਦਾ ਹੋਤਾ ਹੈ, ਬੱਚੇ ਕੋ ਪਤਾ ਲੱਗਤਾ ਹੈ ਐਕਚੁਅਲ ਇਨਵਾਇਰਮੈਂਟ ਕਿਆ ਹੈ, ਵੋ ਵਹਾਂ ਕਾ ਹੈ, ਉਸ ਯੂਨੀਵਰਸਿਟੀ ਮੇਂ ਪੜ੍ਹਾਤੇ ਹੈ, ਉਸਕਾ ਮਾਰਕੀਟਿੰਗ ਪਰਸਨ ਹੈ, ਠੀਕ ਹੈ, ਜੋ ਵੀ ਪਰਸਨਸ ਆਏ ਹੋਏ ਹੈਂ, ਤੋ ਵੋ ਐਕਚੁਅਲ ਫੈਕਟਸ ਜ਼ਿਆਦਾ ਬਤਾਤੇ ਹੈ। ਹਮ ਹੋ ਸਕਤਾ ਹੈ ਇੱਕ ਕਿ ਦੋ ਬਤਾ ਦੇ, ਵੋ ਐਕਚੁਅਲ ਬਾਤ ਬਤਾਏਂਗੇ। ਕਭੀ ਵੀ ਜਿਤਨੇ ਵੀ ਡੈਲੀਗੇਟਸ ਆਤੇ ਹੈ ਵੋ ਝੂਠ ਨਹੀਂ ਬੋਲਤੇ, ਏਜੰਟਸ ਹਮੇਸ਼ਾ ਝੂਠ ਬੋਲ ਦੇਤੇ ਹੈਂ, ਇੱਕ ਕਿ ਦੋ ਬਾਤ ਬੋਲ ਦੇਤੇ ਹੈਂ, ਵੋ ਐਗਜੈਕਟਲੀ ਬਤਾ ਦੇ ਯੈਸ ਤੋ ਯੈਸ ਨੋ ਤੋ ਨੋ, ਇਸਕੇ ਇਲਾਵਾ ਕੁਛ ਨਹੀਂ ਹੁੰਦਾ। ਹੁਣ ਜਿਵੇਂ ਗੈਪ ਵਾਲਾ ਬੱਚਾ ਜਾਏਗਾ, ਸਪੋਜ਼ ਬੱਚੇ ਦਾ 2-3 ਸਾਲ ਦਾ ਗੈਪ ਹੈ, ਬੱਚਾ ਚਲਾ ਜਾਂਦਾ, ਬੱਚਾ ਅੱਗੋਂ ਪੁੱਛਦਾ ਵੀ ਮੈਂ ਉੱਥੇ ਡਿਪਲੋਮਾ ਕਰਕੇ ਜਾਂ ਬੈਚਲਰ ਕਰਕੇ ਮਾਸਟਰ ਲਈ ਕਿਸੇ ਹੋਰ ਕੰਟਰੀ ਜਾ ਸਕਦਾ, ਕੀ ਪੋਸੀਬਿਲਟੀ ਰਹੇਗੀ? ਦੇਖੀਏ, ਵੋ ਤੋ ਚਾਹੇ ਕੋਈ ਵੀ ਕੰਟਰੀ ਹੋ, ਅਗਰ ਬੱਚਾ ਬ੍ਰਿਲੀਅੰਟ ਹੈ, ਸਾਊਥ ਕੋਰੀਆ ਕੀ ਬਾਤ ਨਹੀਂ ਕਰੂੰਗਾ ਮੈਂ, ਆਲ ਓਵਰ ਦਾ ਵਰਲਡ ਕੀ ਬਾਤ ਕਰੂੰਗਾ, ਬੱਚਾ ਅਗਰ ਇੰਟੈਲੀਜੈਂਟ ਹੈ, ਅਗਰ ਪੜ੍ਹਦਾ ਹੈ, ਤਾਂ ਉਹ ਮਾਈਗ੍ਰੇਸ਼ਨ ਲੈ ਸਕਦਾ, ਆਲ ਓਵਰ ਦਾ ਵਰਲਡ ਕਹੀਂ ਵੀ ਜਾ ਸਕਦਾ। ਸਾਊਥ ਕੋਰੀਆ ਮੈਂ ਬੱਚਾ ਪੜ੍ਹੇ, ਉਹ ਯੂਰੋਪ ਵੀ ਜਾ ਸਕਦਾ ਹੈ, ਮਤਲਬ ਐਡਮਿਸ਼ਨ ਲੈ ਕੇ। ਇਮੀਗ੍ਰੇਸ਼ਨ ਨੇ ਇਹ ਦੇਖਣਾ ਹੁੰਦਾ ਕਿ ਬੱਚੇ ਨੇ ਐਜੂਕੇਸ਼ਨ ਕੰਪਲੀਟ ਕੀ, ਔਰ ਬੱਚਾ ਕੰਪੀਟੀਟਿਵ ਹੈ, ਤਾਂ ਉਹ ਕੈਨੇਡਾ ਵੀ ਜਾ ਸਕਦਾ, ਉਹ ਯੂਐਸ ਵੀ ਜਾ ਸਕਦਾ, ਆਸਟ੍ਰੇਲੀਆ ਵੀ ਜਾ ਸਕਦਾ, ਯੂਰੋਪ ਵੀ ਜਾ ਸਕਦਾ ਹੈ। ਐਸੇ ਹਮ ਬਹੁਤ ਸੇ ਬੱਚੇ ਵੇਖਦੇ ਹਾਂ ਜੋ ਸਾਈਪ੍ਰਸ ਜਾਤੇ ਹੈ, ਉਹ ਬੱਚੋਂ ਕੋ ਆਗੇ ਭੇਜਦੇ ਹੈ, ਸਾਊਥ ਕੋਰੀਆ ਹੋਤੇ ਹੈ, ਉਹ ਬੱਚੇ ਆਗੇ ਜਾਤੇ ਹੈ, ਸਿੰਗਾਪੁਰ ਵਾਲੇ ਬੱਚੇ ਆਗੇ ਜਾਤੇ ਹੈ, ਯੂਐਸ ਵਾਲੇ ਬੱਚੇ ਦੂਸਰੀ ਜਗ੍ਹਾ ਜਾਤੇ ਹੈ, ਯੂਰੋਪ ਵਾਲੇ ਬੱਚੇ ਜਾਤੇ ਹੈ, ਨਿਊਜ਼ੀਲੈਂਡ ਵਾਲੇ ਬੱਚੇ ਜਾਤੇ ਹੈ, ਵੀ ਇੱਕ ਬੱਚਾ ਨਿਊਜ਼ੀਲੈਂਡ 'ਚ ਆਇਆ ਤਾਂ ਮੈਂ ਉਸਕੋ ਜਰਮਨੀ ਭੇਜਾ ਹੈ। ਤੋ ਇਹ ਚੀਜ਼ਾਂ ਚਲਤੀ ਹੈ, ਬੱਚਾ ਜੋ ਆਪਣੀ ਟਾਈਮ ਪੇ ਐਜੂਕੇਸ਼ਨ ਕੰਪਲੀਟ ਕਰੇਗਾ ਅੱਛੇ ਲੈਵਲ ਪੇ, ਔਰ ਉਸਕਾ ਗੈਪ ਨਹੀਂ ਹੋਗਾ, ਤੋ ਡੈਫੀਨੇਟਲੀ ਵੋ ਸਟੂਡੈਂਟ ਰਾਈਟ ਰੱਖਤਾ ਹੈ, ਅਧਿਕਾਰ ਰੱਖਤਾ ਹੈ ਕਿ ਵੋ ਕਹੀਂ ਵੀ ਜਾਏ। ਦੇਖੋ, ਬਾਕੀ ਚੀਜ਼ਾਂ ਬੜੀਆਂ ਪੋਜ਼ਿਟਿਵ ਲੱਗੀਆਂ ਸਾਊਥ ਕੋਰੀਆ ਬਾਰੇ, ਵੀ ਚਲੋ ਜਿਹੜਾ ਪਲੱਸ ਟੂ 50% ਨਾਲ ਸੀ, ਜਿਹਨੂੰ ਪੋਸੀਬਿਲਿਟੀ ਹੋਰ ਕਿਤੇ ਨਹੀਂ ਮਿਲਦੀ ਸੀ, ਉਹ ਮਿਲ ਜਾਏਗੀ 2-3 ਸਾਲ ਦੇ ਗੈਪ ਨਾਲ, ਜਾਂ ਘੱਟ ਬਜਟ 'ਤੇ ਵੀ ਜਾ ਸਕਦਾ ਬੰਦਾ, ਸਕੋਲਰਸ਼ਿਪਸ ਵੀ ਹੈਗੀਆਂ ਨੇ। ਇੱਕੋ ਚੀਜ਼ ਦਾ ਥੋੜ੍ਹਾ ਜਿਹਾ ਮੇਰਾ ਮਨ ਡਾਈਸੀ ਜਿਹਾ ਕਰ ਰਿਹਾ, ਵੀ ਇੰਟਰਵਿਊ ਹੈ, ਕਿਉਂਕਿ ਇੰਟਰਵਿਊ ਤੋਂ ਸਾਡੇ ਖਾਸ ਕਰ ਨੌਰਥ ਵਾਲੇ ਡਰ ਜਾਂਦੇ ਵੀ ਪਤਾ ਨਹੀਂ ਯਾਰ ਕੀ ਪੁੱਛ ਲੈਣਾ, ਸੋ ਉਸ ਚੀਜ਼ ਨੂੰ ਕੀ ਦੱਸਣਾ ਚਾਹੁੰਦੇ? ਦੇਖੀਏ, ਯੂਨੀਵਰਸਿਟੀ ਇੰਟਰਵਿਊ ਇਸ ਲਈ ਲੈ ਰਹੀ ਹੈ ਫਸਟ ਟਾਈਮ, ਕਿ ਬਈ ਉਹਨੂੰ ਸਕੋਲਰਸ਼ਿਪ ਵੀ ਮਿਲ ਜਾਏ। ਸੁਣ ਤੋ ਲੋ ਸਰ, ਪਲੀਜ਼ ਸੁਣ ਤੋ ਲੋ, ਐਮਬੈਸੀ ਯੂਨੀਵਰਸਿਟੀ ਐਮਬੈਸੀ ਕਾ ਇੰਟਰਵਿਊ ਹੋਗਾ, ਉਸ ਪਹਿਲੇ ਯੂਨੀਵਰਸਿਟੀ ਇਸ ਲਈ ਲੈ ਰਹੀ ਹੈ, ਬੱਚੇ ਕੋ ਹਮ ਸਕੋਲਰਸ਼ਿਪ ਵੀ ਦੇਂ, ਬੱਚੇ ਜੋ ਆਨੇ ਲਾਇਕ ਹੈ ਉਹਨੂੰ ਹਮ ਮਤਲਬ ਕਿਆ ਨਾਮ ਹੈ ਐਡਮਿਟ ਕਰੇ, ਠੀਕ ਹੈ। ਜਿਸ ਬੱਚੇ ਨੇ ਯੂਨੀਵਰਸਿਟੀ ਕਾ ਇੰਟਰਵਿਊ ਕਲੀਅਰ ਕਰ ਲਿਆ, 99.99% ਵੋ ਬੱਚਾ, ਈਵਨ ਕਿ 100% ਵੋ ਵੀਜ਼ਾ ਲੈ ਕੇ ਆਏਗਾ। ਰੀਜ਼ਨ ਬਿਹਾਇੰਡ ਦਿਸ, ਉਸਕੋ ਸਾਰੇ ਕੁਐਸਚਨਸ ਪਤਾ ਹੈ ਜੋ ਵੀਜ਼ਾ ਆਫਿਸਰ ਨੇ ਪੁੱਛਣੇ ਹੈ, ਔਰ ਹਮ ਬੱਚੇ ਕੀ ਇੰਗਲਿਸ਼ ਚੈੱਕ ਕਰਕੇ ਲੈ ਰਹੇ ਹਾਂ। ਮੈਂ ਸਰ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ, ਗੱਲ ਇਹ ਹੈ ਯੂਨੀਵਰਸਿਟੀ ਨੂੰ ਉਹਦੇ ਰਿਪ੍ਰੈਜੈਂਟੇਟਿਵ ਨੂੰ ਇੰਟਰਵਿਊ ਦੇਣ ਲੱਗੇ ਬੱਚਾ ਇੰਨਾ ਹੈਜ਼ੀਟੇਟ ਨਹੀਂ ਹੁੰਦਾ, ਜਦੋਂ ਐਮਬੈਸੀ ਜਾਂਦਾ ਨਾ, ਐਮਬੈਸੀ ਤੋਂ ਕਾਲ ਆਉਂਦੀ ਹੈ, ਵੀ ਵਿਲ ਪ੍ਰੀਪੇਅਰ ਸਰ, ਵੀ ਵਿਲ ਪ੍ਰੀਪੇਅਰ ਸਰ, ਹਮਾਰੀ ਆਇਲਟਸ ਕੀ ਅਕੈਡਮੀ ਹੈ, ਥੋੜੀ ਕੀ ਹੈ ਆਇਲਟਸ ਕੀ ਅਕੈਡਮੀ ਹੈ, ਮੇਰੇ ਪਾਸ ਹਜ਼ਾਰੋਂ ਬੱਚੇ ਪੜ੍ਹਤੇ ਹੈ, ਤੋ ਹਮਾਰੇ ਪਾਸ ਇੰਟਰਵਿਊ ਪ੍ਰੀਪੇਸ਼ਨ ਕੇ ਲਈ ਬੱਚੇ ਬੈਠੇ ਹੈ, ਮਤਲਬ ਫੈਕਲਟੀਜ਼ ਹੈ, ਤੋ ਹਮ ਬੱਚੋਂ ਕੋ ਤਿਆਰ ਕਰੇਂਗੇ, ਇੱਕ ਬੱਚਾ ਜੋ ਹਮਾਰੇ ਪਾਸ ਆਏਗਾ ਤੋ ਉਸਕੋ ਹਮਨੇ ਪੂਰਾ ਤਿਆਰ ਕਰਨਾ ਹੈ। ਜਿਹੜੇ ਆਲਰੇਡੀ ਗਏ ਹੈ ਬੱਚੇ, ਕੀ ਇੰਟਰਵਿਊ 'ਚ ਪੁੱਛਿਆ ਗਿਆ ਸੀ? Why particular South Korea? Why particular this university? What will be the outcome of this course? Or course complete karne ke baad aap kya karoge? India wapis aaoge, wahan rahoge, aapke funds kaun dikha raha hai, sponsor kaun kar raha hai? Khaas kar family ke background pe jata hai ki aapke parents ke occupations kya hain, unke occupation unse related documents kya hain, to in sab cheezon pe rehta hai. Sir, abhi aur bhi announcements hain baki, please. Main bilkul udhar bhi aana chahunda, but mainu sikha South Korea ek bari clear kar diye. So South Korean laake koi imandar ve sawal hai ji, 10 ਵਜੇ ਤੋਂ 1 ਵਜੇ ਤੱਕ ਕੱਲ੍ਹ ਕੁਰਸ਼ੇਤਰ, 1 ਵਜੇ ਤੋਂ ਫਿਰ 5 ਵਜੇ ਤੱਕ ਕਰਨਾਲ, ਤੁਸੀਂ ਵਿਜ਼ਿਟ ਕਰ ਸਕਦੇ ਹੋ। 29th ਨੂੰ ਜਲੰਧਰ, 10 ਵਜੇ ਉਹ 2 ਵਜੇ ਤੋਂ ਫਿਰ ਅੰਮ੍ਰਿਤਸਰ, ਸੋ ਕਿਤੇ ਵੀ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਨਾਲ ਨਾਲ ਹੁਣ ਦੂਜੀ ਅਨਾਊਂਸਮੈਂਟ ਜਿਹੜੀ ਪ੍ਰਦੀਪ ਜੀ ਨੇ ਗੱਲ ਕੀਤੀ ਵੀ ਉਹ ਜ਼ਰੂਰ ਦੱਸ ਦਿਓ, ਸਿਰਫ ਸਾਊਥ ਕੋਰੀਆ ਨਹੀਂ, ਅਸੀਂ ਬਾਕੀ ਕੰਟਰੀਜ਼ ਨੂੰ ਲੈ ਕੇ ਵੀ ਸੈਮੀਨਾਰ ਕਰਨ ਜਾ ਰਹੇ ਹਾਂ। ਉਹਦੀਆਂ ਡੇਟਸ ਮੈਂ ਦੱਸ ਦਿੰਦਾ ਜੀ, 26 ਤਰੀਕ ਨੂੰ ਚੰਡੀਗੜ੍ਹ, 28 ਕਰਨਾਲ, 29 ਜਲੰਧਰ, ਜਦੋਂ 29 ਨੂੰ ਜਲੰਧਰ ਸਾਊਥ ਕੋਰੀਆ ਹੋ ਰਿਹਾ, ਨਾਲ ਦੂਸਰੇ ਵੀ ਸੈਮੀਨਾਰ ਹੋਏਗਾ, ਸੋ 30 ਤਰੀਕ ਅੰਮ੍ਰਿਤਸਰ, ਉਸ ਤੋਂ ਬਾਅਦ 4 ਦਸੰਬਰ ਨੂੰ ਅੰਬਾਲਾ ਅਤੇ 5 ਤਰੀਕ ਨੂੰ ਕੁਰੂਕਸ਼ੇਤਰ। ਇਹ ਡੇਟਸ ਨੋਟ ਕਰ ਲਿਓ, ਵੈਸੇ ਸਕਰੋਲ ਰੂਪ 'ਚ ਚੱਲ ਵੀ ਰਹੀਆਂ ਨੇ, ਤੁਸੀਂ ਦੇਖ ਸਕਦੇ ਹੋ, ਅਦਰਵਾਈਜ਼ ਇਹਨਾਂ ਦੇ ਨੰਬਰ 'ਤੇ ਕਾਲ ਕਰਕੇ ਵੀ ਜਿਹੜਾ ਪ੍ਰੋਪਰਲੀ ਜਾਣਕਾਰੀ ਲਈ ਜਾ ਸਕਦੀ ਹੈ। ਹੁਣ ਇਹ ਜਿਹੜੇ ਸੈਮੀਨਾਰ ਨੇ 26 ਤੋਂ ਲੈ ਕੇ 5 ਤੱਕ, ਇਹਨਾਂ ਬਾਰੇ ਕੀ ਕਹਿਣਾ? ਦੇਖੀਏ, ਇਹ ਇਨ ਹਾਊਸ ਸੈਮੀਨਾਰਸ ਹੈ, ਇਸਮੇ ਹਮਨੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, USA, ਯੂਰੋਪ ਕੀ ਯੂਨੀਵਰਸਿਟੀਜ਼ ਕੋ ਇਨਵਾਈਟ ਕੀਆ ਹੈ,
कितने आएंगे, कुछ यूनिवर्सिटीज़ के कुछ कॉलेजेस की अभी तक आ चुकी हैं कि भाई हम पार्टिसिपेट करेंगे, जिनके इंडिया में रैप हैं वो भी मतलब दे चुके हैं इन्फॉर्मेशन कन्फर्मेशन के भाई वी विल पार्टिसिपेट। दूसरा, मैं खुद यहाँ पर अवेलेबल होऊंगा इन जितनी भी 26 तारीख को चंडीगढ़, मैं मेरी परफेक्ट टीम प्लस मैं कुछ यूनिवर्सिटीज़ कॉलेज के डेलीगेट्स, ऐसे 28 तारीख को करनाल, 29 तारीख को जलंधर, 30 तारीख को अमृतसर, 4 तारीख को अपना अम्बाला सिटी और 5 तारीख को कुरुक्षेत्र। मेरी खुद की टीम होगी, मैं खुद होऊंगा, क्योंकि काफ़ी स्टूडेंट्स के क्वेश्चन आते हैं कि सर आप पता नहीं कब कहाँ होते हो, कौन सी हवा में हो, कम से कम बता दो, डेट तो अनाउंस कर दो। सर ये तो हम भी पूछते हैं आपसे। जी जी, वो मेरा थोड़ा सा एक्सीडेंट था, आपको पता ही है कि थोड़ी सी फिजिकल कंडीशन ऐसी थी, बट ये डेट मैं अनाउंस कर चुका हूँ और हर मतलब आपके शो पे मैं डेट अनाउंस करके जाया करूँगा कि मैं किस किस डेट को कहाँ कहाँ ऑफिस में होऊंगा। तो इस ये जो डेट्स मैंने डिक्लेयर की है, 26 तारीख को चंडीगढ़, 28 को करनाल, 29 को जलंधर, 30 को अमृतसर, 4 तारीख दिसंबर में 4 दिसंबर को अम्बाला सिटी और 5 दिसंबर कुरुक्षेत्र में मैं अवेलेबल होऊंगा। मेरी टीम होगी कनाडा, ऑस्ट्रेलिया, न्यूजीलैंड, यूके, यूएसए, यूरोप, साउथ कोरिया, सिंगापुर, साइप्रस, जिस भी कंट्री में जाना है पूरी परफेक्ट टीम से आप मिल सकते हैं, असेसमेंट करा सकते हैं ऑन स्पॉट, प्लस में आप मेरे से मिल सकते हैं। और इसके अलावा हम एक आईएलटीएस रियलिटी टेस्ट भी लेके आ रहे हैं, मैं उसको भी एक बार बोल दूं, मैं गल करना चाहूंगा, असि बड़ा बिजी रखते हैं अपनी टीम नू, जरूरी है पहला स्टूडेंट्स के लिए जरूरी है साउथ कोरिया एक बार मैं बता दूं। जी जी, 8 तारीख को अगेन आईएलटीएस रियलिटी आईएलटीपीटी रियलिटी टेस्ट है, प्लस में एजुकेशन फेयर भी है, दिन शनिवार है, जिसमें हम अमृतसर, चंडीगढ़, जलंधर, अम्बाला, कुरुक्षेत्र, करनाल, इन ऑफिसेज में आईएलटीएस रियलिटी टेस्ट रखेंगे, पीटी रियलिटी टेस्ट रखेंगे, प्लस में डेलीगेट्स होंगे, मैं खुद होऊंगा, मेरी टीम होगी, कनाडा, ऑस्ट्रेलिया, न्यूजीलैंड, यूके, यूरोप जाना है तो उसके लिए भी आप अगेन काउंसलिंग ले सकते हैं, ऑन स्पॉट असेसमेंट करा सकते हैं। अब आईएलटीएस पीटी रियलिटी टेस्ट का फ़ायदा क्या है, ये किन स्टूडेंट्स के लिए है, ये उन सभी स्टूडेंट्स के लिए हैं जो बार बार एग्ज़ाम दे के थक चुके हैं, या अभी इधर उधर के इंस्टीट्यूट्स में भटक रहे हैं, अपना कोचिंग ले रहे हैं लेकिन सेटिस्फाई नहीं है, या फ्रेश बच्चे जो अभी आईएलटीएस करने की सोच रहे हैं, उन सभी स्टूडेंट्स के लिए आईएलटीएस पीटी रियलिटी टेस्ट लेके आ रहे हैं। कीप इन माइंड, इसमें मेरी टीम के अलावा आईडीपी और ब्रिटिश काउंसिल के ऑफिशियल पर्सन होंगे, मतलब ऐसा नहीं है कि मेरी टीम होगी, मेरी टीम के अलावा वी इन्वाइटेड, जिसमें ब्रिटिश काउंसिल और आईडीपी के ऑफिशियल पर्सन होंगे और उनकी देखरेख में ये आईएलटीएस रियलिटी टेस्ट होगा, आईएलटीपीटी रियलिटी टेस्ट होगा। फ़ायदा क्या होगा, एक तो आपको फाइनल एग्ज़ाम में जो आपका फियर फैक्टर है ना वो ख़त्म हो जाएगा, आपको पता लग जाएगा कि एक्चुअल में किस तरीके से होता है, आप कहाँ स्टैंड करते हैं वो आपको पता लग जाएगा, आप अपने लेवल को असेस कर सकते हैं। एग्ज़ाम ख़त्म होने के बाद आईडीपी ब्रिटिश काउंसिल्स के पर्सन आपसे मिलेंगे, रीडिंग, राइटिंग, लिसनिंग, स्पीकिंग में जो भी प्रॉब्लम्स हैं फेस टू फेस आपकी मतलब सारे डाउट्स क्लियर किए जाएंगे, जितनी न्यू टिप्स एंड स्ट्रेटजीज हैं वो बताई जाएंगी। दो दिन के बाद ये आपका एग्ज़ाम, जो आपका एग्ज़ाम हुआ था उसका रिजल्ट डिक्लेयर होगा। बट कीप इन माइंड 500 रुपीज़ की फ़ीस है, 8 तारीख को ये टेस्ट है तो आप 7 तारीख तक अपनी डेट बुक करा सकते हैं। इस जड़ा टेस्ट प्रिपेयर होता वो कौन करता, ये सर आईडीपी ब्रिटिश काउंसिल के जो हमारे जो पिछले फाइनल एग्ज़ाम्स हुए हैं उन सबको देखते हुए जो हमारी डेडिकेटेड टीम है, जो सबसे मतलब जो अभी तक सिनेरियो चलता आ रहा है और जो एक्सपेक्टेड आने वाला है, क्योंकि टीचर्स का इतना मतलब दिमाग चलता है कि एक्सपेक्टेड आने वाला क्या है। सो जिहड़े तुहाडे एक्सपर्ट ने वो इस टेस्ट नूं तैयार करदे आ ताकि बच्चे एक बेनीफिट लै सकन बजाय कि 11-12-13 हज़ार खराब करना पेपर दे। जी जी जी। उस तो पहले अपना लैवल जज कर। जी जी जी। सो बहुत वधिया उपराला जी इफी प्रदीप जी की टीम द्वारा, तुसीं 8 तरीक नूं उहदे विच वी हिस्सा लैणा चाहुंदे हो तां जिहड़ा टीवी स्क्रीन ते नंबर चल रहा है उत्ते कॉल करके अपना राबता कायम कर सकते हो। मैं इत्थे कुछ सक्सैस स्टोरी थोड़े नाल शेयर करना चाहुंदा जो वैसटर्न ओवरसीज़ तों होईआं ने, की कहना उन्हां बच्चों का, की एक्सपीरियंस रहा, आओ मिलते हैं। Hi friends, my name is Deepak Balyan. I am from Chandigarh. I have applied for Jan 2019 intake in Conestoga College and I got refusal back in August month. Then I heard about Western Overseas and visited their office in Chandigarh based location, and their team really guided me well and my process really went smooth. I would like to say special thanks to Amandeep ma'am and the whole Canada team to make it success. Hello everyone, myself Amandeep Kaur and I am from Ludhiana. Today is a great day for me because today I got my Canada visa for Jan intake through Western Overseas. Basically, I have done my bachelor's in science in 2017 and after that I applied for Canada, but unfortunately my application was refused. At that time I was very disappointed, but
The entire team of Western Overseas, Simran ma'am, encouraged me to reapply for the study permit. And ਉਹਨਾਂ ਨੇ ਮੈਨੂੰ ਉਸ ਟਾਈਮ ਕਿਹਾ ਸੀ ਕਿ ਤੂੰ ਆਪਣੀ ਫਾਈਲ ਦੁਬਾਰਾ ਲਗਾ, ਤੇਰਾ ਵੀਜ਼ਾ ਮੈਂ ਲੈਣਾ ਹੀ ਲੈਣਾ ਆ. ਅਤੇ ਅੱਜ ਉਹੀ ਗੱਲ ਹੋਈ ਹੈ ਅਤੇ ਅੱਜ ਮੇਰਾ ਵੀਜ਼ਾ ਮੇਰੇ ਹੱਥ 'ਚ ਹੈ ਅਤੇ ਮੈਂ ਬਹੁਤ ਖੁਸ਼ ਹਾਂ. ਐਂਡ ਐਟ ਐਂਡ ਮੈਂ ਸਾਰਿਆਂ ਨੂੰ ਇਹੀ ਸੁਜੈਸਟ ਕਰਨਾ ਚਾਹੁੰਦੀ ਹਾਂ ਕਿ ਅਗਰ ਤੁਸੀਂ ਕਿਸੇ ਵੀ ਕੰਟਰੀ ਦਾ ਸਟੱਡੀ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਵੈਸਟਰਨ ਓਵਰਸੀਜ਼ ਦੀ ਕਿਸੇ ਵੀ ਬ੍ਰਾਂਚ ਜਾ ਕੇ ਵਿਜ਼ਿਟ ਕਰੋ, ਤੁਸੀਂ ਡੈਫੀਨੇਟਲੀ ਪੋਜ਼ਿਟਿਵ ਰਿਜ਼ਲਟਸ ਮਿਲਣਗੇ ਤੁਹਾਨੂੰ. मेरा नाम नरेंद्र है, मैं एक स्मॉल विलेज अलीपुर से बिलोंग करता हूँ जो कि नियर टू बराड़ा है. ऑस्ट्रेलियन वीज़ा आया है जो कि वेस्टर्न ओवरसीज की मेहनत के द्वारा लाया गया है. और अगर इनके प्रोफाइल की बात करें तो ही इज 2017 पास आउट नॉन मेडिकल स्ट्रीम फ्रॉम हरियाणा बोर्ड. एंड परसेंटेज इनकी ओवरऑल 62% थी. IELTS में इनका स्कोर 6 ओवरऑल, एक मॉड्यूल में 5 बैंड था. नाउ इज गोइंग फॉर डिप्लोमा लीडिंग टू एडवांस डिप्लोमा ऑफ इंजीनियरिंग इन ऑस्ट्रेलियन इंस्टीट्यूट ऑफ एडवांस स्टडीज ब्रिस्बेन कैंपस. सो नरेंद्र, कैसा लग रहा है, कैसी जर्नी रही आपकी वेस्टर्न ओवरसीज के साथ? अगर हम एक्सपीरियंस की बात करें तो वेस्टर्न ओवरसीज के द्वारा बहुत मेहनत की गई है और इनकी तरफ से मुझे पूरे अपडेट मिलती रही. और मेरी प्रोफाइल थोड़ी वीक थी जिसमें, क्योंकि मेरे राइटिंग में 5 थे और 17 पास आउट था, लेकिन इन्होंने बहुत अच्छे से मेरी SOP तैयार की और जिसके कारण मुझे आज मेरा वीज़ा मिल चुका है. हेलो एवरीवन, आई एम प्रियंका वर्मा एंड आई एम फ्रॉम अंबाला कैंट. टुडे आई रिसीव माय ऑस्ट्रेलिया स्टूडेंट वीज़ा फ्रॉम वेस्टर्न ओवरसीज. आई हैव कम्प्लीट माई ग्रेजुएशन इन साइंस स्ट्रीम with 67% in 2018 and I scored overall 6 bands, not less than 5.5 in IELTS examination. Here I would like to add one more thing. She is getting 15% scholarship for Master of IT with 6 knowledge and 5.5 band. सो ਇਹ ਸੀ ਜੀ ਕੁਝ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ. ਤੁਸੀਂ ਕੋਈ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਇਹਨਾਂ ਦੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ. ਇਹਨਾਂ ਦੇ ਸੈਮੀਨਾਰਸ ਦੀ ਡਿਟੇਲ ਸਕਰੋਲ ਰੂਪ 'ਚ ਚੱਲ ਰਹੀ ਹੈ, ਜਿਹੜਾ ਨੇੜੇ ਪੈਂਦਾ ਹੈ ਉੱਥੇ ਵਿਜ਼ਿਟ ਕੀਤਾ ਜਾ ਸਕਦਾ. ਪ੍ਰਦੀਪ ਜੀ, ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ, ਬਟ ਸ਼ੋਅ 'ਚ ਆਉਣ ਲਈ ਧੰਨਵਾਦ. ਥੈਂਕ ਯੂ, ਸਤਿ ਸ਼੍ਰੀ ਅਕਾਲ. ਧੰਨਵਾਦ ਸਾਰੀ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ. ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ. ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ.